ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ, ਮੈਂ ਹਾਂ ਨੀਰੂ ਬਿਜਵਾਨ। ਮੌਨਸੂਨ ਸੈਸ਼ਨ ਦਾ ਅੱਜ ਅਖਰੀਲਾ ਦਿਨ ਸੀਗਾ, 4 ਬਿੱਲ ਪੇਸ਼ ਕੀਤੇ ਗਏ ਨੇ, ਕਿਵੇਂ ਵੇਖਦੇ ਹੋ ਇਹਨਾਂ ਬਿੱਲਾਂ ਨੂੰ? ਦੇਖੋ, ਮੈਂ ਤਾਂ ਖਾਸ ਕਰਕੇ ਜਿਹੜੀ ਸਿੱਖਾਂ ਦੇ ਖਿਲਾਫ ਜਿਹੜੀ ਭੜਕਾਊ ਜਿਹੜੀ ਸੋਸ਼ਲ ਮੀਡੀਆ ਦੇ ਅਕਾਊਂਟਸ 'ਤੇ ਗੱਲ ਹੁੰਦੀ ਹੈ, ਮੈਂ ਤਾਂ ਉਹਨੂੰ ਬੜੀ ਸੰਜੀਦਗੀ ਨਾਲ ਅੱਗੇ ਵਧਾਇਆ। ਔਰ ਜਿਹੜੇ ਇਹਨਾਂ ਦੇ ਬਿੱਲ ਹੈ, ਖਾਸ ਕਰਕੇ ਜਿਹੜਾ ਪੰਚਾਇਤਾਂ ਦਾ ਬਿੱਲ ਹੈਗਾ, ਉਹਦੇ ਵਿੱਚ ਜੇ ਬਿਨਾਂ ਸਿੰਬਲ ਤੋਂ ਮੈਂ ਉੱਦਾਂ ਇਹਨੂੰ ਵੈਲਕਮ ਕਰਦਾ ਵੀ ਚੰਗੀ ਗੱਲ ਹੈਗੀ ਆ, ਬਟ ਐਟ ਦਾ ਸੇਮ ਟਾਈਮ ਪਿਛਲੇ 2.5 ਸਾਲਾਂ ਦੇ ਵਿੱਚ ਇਹਨਾਂ ਨੇ ਕੁਛ ਨਹੀਂ ਕੀਤਾ। ਔਰ ਇਹ ਉਹ ਹੀ ਭਗਵੰਤ ਸਿੰਘ ਮਾਨ ਹੈ ਜਿਨ੍ਹਾਂ ਨੇ 12,500 ਪੰਚਾਇਤਾਂ ਡਿਸਮਿਸ ਕਰਤੀਆਂ ਸੀ, ਉਹ ਹਾਈ ਕੋਰਟ ਤੋਂ ਬਹਾਲ ਹੋਈਆਂ, ਪਰ ਅੱਜ ਤੱਕ ਇੱਕ ਪੈਸਾ ਨਹੀਂ ਦਿੱਤਾ। ਅਸਲੀ ਗੱਲ ਹੈ, ਇਹ ਕਵਰ ਅਪ ਬਿੱਲ ਹੈਗਾ ਤਾਂ ਕਿ ਕੱਲ੍ਹ ਨੂੰ ਇਹਨਾਂ ਨੂੰ ਪਤਾ ਵੀ ਪੰਚਾਇਤਾਂ ਦੇ ਵਿੱਚ ਸਾਡਾ ਬੁਰਾ ਹਾਲ ਹੋਣਾ ਹੈਗਾ, ਅਸੀਂ ਇਹ ਕਿਸੇ ਨੂੰ ਪਤਾ ਨਾ ਲੱਗਣ ਦਈਏ ਵੀ ਕਿਹੜੀ ਕਿਹੜੀ ਪਾਰਟੀ ਦੀ ਪੰਚਾਇਤ ਹੈਗੀ ਆ। ਮੈਂ ਕਹਿੰਦਾ ਕਿ ਯੂਨੈਨੀਮਸ ਹੋਣਾ ਚਾਹੀਦਾ, ਚੰਗੀ ਗੱਲ ਹੈ, ਪਿੰਡਾਂ ਦਾ ਭਾਈਚਾਰਾ ਜਿਹੜਾ ਆ ਉਹ ਗਰੋ ਕਰਨਾ ਚਾਹੀਦਾ। ਕਿਉਂਕਿ ਸੈਸ਼ਨ ਦੇ ਵਿਚਕਾਰ ਇਹ ਵੀ ਕਿਹਾ ਗਿਆ ਧੱਕਾ ਤਾਂ ਨਹੀਂ ਹੋਊਗਾ ਅਗਰ ਇਹ ਬਿੱਲ ਪਾਸ ਕਰਾਇਆ ਜਾਏਗਾ, ਕਿਉਂਕਿ ਜਦ ਅਸੀਂ ਕੈਬਨਿਟ ਮਿਨਿਸਟਰ ਨਾਲ ਗੱਲਬਾਤ ਕੀਤੀ, ਜੋੜ ਮਾਜਰਾ ਕਹਿੰਦੇ ਕਿ ਧੱਕਾ ਉਹ ਪਹਿਲੇ ਕਰਦੇ ਸੀ, ਅਸੀਂ ਦੇਖਦੇ ਆਏ ਨੇ ਧੱਕਾ ਪਿਛਲੀ ਸਰਕਾਰਾਂ ਕਰਦੀ ਰਹੀ ਹੈ, ਅਸੀਂ ਅਜਿਹਾ ਕੁਛ ਨਹੀਂ ਕਰਨ ਵਾਲੇ। ਨਹੀਂ ਤਾਂ ਫਿਰ 12,500 ਡਿਸਮਿਸ ਕਾਹਨੂੰ ਕਰਤੀ ਸੀ ਪੰਚਾਇਤ? ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਕਾਂਗਰਸ ਦੇ ਸਮੇਂ ਧੱਕਾ ਨਾ ਹੋਇਆ ਹੋਵੇ, ਪਰ ਹੋ ਸਕਦਾ 10-20 ਪੰਚਾਇਤਾਂ ਨਾਲ ਹੋਇਆ ਹੋਵੇ, ਇਹ ਤਾਂ 12,500 ਨਾਲ ਕਰੀ ਫਿਰਦੇ ਆ। ਇਹ ਜਿਹੜੀ ਗੱਲ ਕਹਿੰਦੇ ਆ ਸਾਰਾ ਕੁਛ ਉਹਦੇ ਉਲਟ ਕਹਿੰਦੇ ਆ। ਤੁਹਾਨੂੰ ਲੱਗਦਾ ਇਹ ਇਸ ਵਾਰ ਪੰਚਾਇਤੀ ਚੋਣਾਂ ਆਰਾਮ ਨਾਲ ਹੋ ਜਾਏਗੀ, ਕਿਉਂਕਿ ਜੋ ਐਲਾਨ ਕੀਤਾ ਗਿਆ ਹੋਣੀਆਂ ਚਾਹੀਦੀਆਂ, ਪਰ ਇਹਨਾਂ ਦੀ ਕਹਿਣੀ ਅਤੇ ਕਥਨੀ ਦੇ ਵਿੱਚ ਪਿਛਲੇ 2.5 ਸਾਲਾਂ 'ਚ ਜੋ ਦੇਖਣ ਨੂੰ ਮਿਲਿਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਛਾ, ਬੇਅਦਬੀ ਮਾਮਲੇ ਨੂੰ ਕਿਵੇਂ ਵੇਖਦੇ ਹੋ? ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਮਾਮਲੇ ਦੀ ਪੂਰੀ ਸੁਣਵਾਈ ਕਰਵਾਈ ਹੈ, ਅੰਦਰ ਦੱਸਿਆ ਹੈਗਾ, ਉਸਨੂੰ ਕਿਵੇਂ ਵੇਖਦੇ ਹੋ? ਕਿਉਂਕਿ ਇੱਕ ਢੰਗ ਨਾਲ ਆਪਾਂ ਦੇਖਿਆ ਜਾਏ ਬੇਅਦਬੀ ਦਾ ਮਸਲਾ ਦੂਜੇ ਪਾਸੇ। ਦੇਖੋ, ਅਸੀਂ ਨਾ ਟਾਈਮ ਪਾਸ ਕਰਦੇ ਹਾਂ, ਮੈਂ ਪਿਛਲੀਆਂ ਸਰਕਾਰਾਂ 'ਤੇ ਵੀ ਇਹ ਗੱਲ ਕਹਿੰਦਾ ਹੈਗਾ, ਅਸੀਂ ਟਾਈਮ ਪਾਸ ਕਰਦੇ, ਅਸੀਂ ਉਹਦੇ 'ਤੇ ਕੰਕਰੀਟ ਸਿਸਟਮ 'ਤੇ ਨਹੀਂ ਪਹੁੰਚਦੇ, ਕਿਉਂਕਿ ਸਮੇਂ-ਸਮੇਂ 'ਤੇ SIT ਨੇ ਉਹਦੇ 'ਤੇ ਜੋ ਇਨਵੈਸਟੀਗੇਟ ਕੀਤਾ, ਉਹ ਆਫਿਸਰ ਉਹਦੇ ਵਿੱਚ ਜ਼ਿੰਮੇਵਾਰ ਨਹੀਂ ਹੈਗੇ। 2007 ਤੋਂ ਲੈ ਕੇ 2000 ਅੱਜ 24 ਹੋ ਗਿਆ, ਲਗਭਗ ਮੈਨੂੰ ਲੱਗਦਾ ਕਿ ਕਿੰਨੇ ਸਾਲ ਹੋ ਗਏ, 2007 ਤੋਂ ਲੈ ਕੇ 17 ਸਾਲ ਹੋ ਗਏ, ਅਤੇ ਅਸੀਂ ਬੱਕ ਪਾਸ ਕਰੀ ਜਾਂਦੇ ਹਾਂ, ਅਸੀਂ ਕੋਈ ਸੋਲਿਡ ਉਹਦੇ 'ਤੇ ਡਿਸੀਜ਼ਨ ਨਹੀਂ ਲੈਂਦੇ। ਲੱਗਦਾ ਅਕਾਲ ਤਖਤ ਸਾਹਿਬ ਸੋਲਿਡ ਡਿਸੀਜ਼ਨ ਲਏਗਾ, ਕਿਉਂਕਿ ਉਹਨਾਂ ਨੇ ਉਹਨਾਂ ਮੰਤਰੀਆਂ ਦੇ ਵੀ। ਮੈਂ ਦੇਖੋ, ਸਭ ਤੋਂ ਸਰਵਉੱਚ ਸੰਸਥਾ ਹੈਗੀ ਆ, ਲੇਕਿਨ ਕਮਜ਼ੋਰ ਵਿੱਚ ਬੰਦੇ ਬਹੁਤ ਹੈ। ਦੇਖੋ, ਜਥੇਦਾਰ ਸਾਹਿਬਾਂ ਨੂੰ ਕਿਸੇ ਲਈ ਵੀ ਹੋਵੇ, ਕਿਸੇ ਪਾਰਟੀ ਲਈ ਵੀ ਹੋਵੇ, ਕਿਸੇ ਲਈ ਵੀ ਹੋਵੇ, ਉਹਦੇ ਵਿੱਚ ਕਮਜ਼ੋਰੀ ਨਹੀਂ ਦਿਖਾਉਣੀ ਚਾਹੀਦੀ, ਜੋ ਠੀਕ ਹੈਗਾ ਉਹਦੇ 'ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਹੇਟ ਸਪੀਚ ਦੀ ਤੁਸੀਂ ਗੱਲ ਕਰ ਰਹੇ ਸੀ, ਕਿਉਂਕਿ ਇਹ ਮੁੱਦਾ ਪਹਿਲੇ ਵੀ ਕੇਂਦਰ ਦੇ ਸਾਹਮਣੇ ਵੀ ਉੱਠਿਆ ਹੈਗਾ, ਅੱਜ ਤੁਸੀਂ ਵਿਧਾਨ ਸਭਾ ਦੇ ਉੱਤੇ ਵੀ ਚੱਕਿਆ ਹੈਗਾ, ਇਹ ਜੇ ਹੇਟ ਸਪੀਚ ਆ, ਲੱਗਦਾ ਤੁਹਾਡੇ ਮਸਲਾ ਚੁੱਕਣ ਦੇ ਬਾਵਜੂਦ ਇਹ ਘੱਟ ਜਾਊਗਾ? ਦੇਖੋ, ਅਲਟੀਮੇਟਲੀ ਸਾਨੂੰ, ਦੇਖੋ ਮੈਂ ਤਾਂ ਆਫੀਸ਼ੀਅਲੀ ਕੰਪਲੇਂਟ ਕੀਤੀ, ਲੇਕਿਨ 4 ਮਹੀਨੇ ਹੋ ਗਏ ਕੰਪਲੇਂਟ ਦੇ ਬਾਵਜੂਦ ਵੀ ਕੋਈ ਵੀ ਕਿਸੇ 'ਤੇ ਕੰਨ 'ਤੇ ਜੂ ਨਹੀਂ ਸਰਕੇ। ਔਰ ਇਹਨਾਂ ਦੀ ਜਿਹੜੇ ਮੈਂਬਰ ਪਾਰਲੀਮੈਂਟ, ਰਾਜ ਸਭਾ, ਸਾਹਨੀ ਸਾਹਿਬ, ਉਹਨਾਂ ਨੇ ਵੀ ਦਿੱਲੀ ਦੇ ਵਿੱਚ ਚੱਕਿਆ, ਪਰ ਮੈਨੂੰ ਇੱਥੇ ਇਹਨਾਂ ਦੀ ਕਾਰਗੁਜ਼ਾਰੀ 'ਤੇ ਡਾਊਟ ਇਸ ਕਰਕੇ ਲੱਗਦਾ ਕਿ ਉਹਨਾਂ ਦੀ ਵੀ ਟੀਮ ਹੈਗੀ ਹੈ। ਕੀ ਕਾਰਵਾਈ ਚਾਹੁੰਦੇ ਹੋ ਹੇਟ ਸਪੀਚ ਦੇ? ਜਿਹੜੇ ਹੇਟ ਸਪੀਚ ਜਾਂ ਜਿਹੜੇ ਸੋਸ਼ਲ ਮੀਡੀਆ 'ਤੇ ਲਿਖਦੇ ਆ, ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ। ਇਹ ਤਾਂ ਦੇਖੋ ਸਾਡਾ ਭਾਈਚਾਰਾ, ਦੇਖੋ ਬਾਕੀ ਸਾਰਾ ਕੁਛ ਠੀਕ ਆ, ਪਰ ਹਿੰਦੁਸਤਾਨ ਇੱਕ ਇਹੋ ਜਿਹਾ ਗੁਲਦਸਤਾ ਜਿਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਧਰਮਾਂ ਦੇ ਲੋਕ, ਸਾਰੇ ਜਾਤਾਂ ਦੇ ਲੋਕ, ਸਾਰੇ ਪਹਿਰਾਵਿਆਂ ਦੇ ਲੋਕ, ਅਲੱਗ ਅਲੱਗ ਬੋਲੀਆਂ ਬੋਲਣ ਵਾਲੇ ਲੋਕ, ਉਹ ਸਾਰੇ ਇਕੱਠੇ ਰਹਿੰਦੇ ਆ। ਸੋ ਮੈਨੂੰ ਲੱਗਦਾ ਉਹਦੇ ਲਈ ਕਿਤੇ ਜਗ੍ਹਾ ਨਹੀਂ ਹੋਣੀ ਚਾਹੀਦੀ।
ਤਾਂ ਇਹਨਾਂ ਦਾ ਕਹਿਣਾ ਕਿ ਹੇਟ ਸਪੀਚ ਮਤਲਬ ਕਿ ਜੋ ਸੋਸ਼ਲ ਮੀਡੀਆ 'ਤੇ ਕਮੈਂਟਬਾਜ਼ੀ ਕਰਦੇ ਨੇ ਉੱਤੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਇਹਨਾਂ ਨੇ ਕਹਿਣਾ ਕਿ ਐਮ ਪੀ ਸਾਹਨੀ ਨੇ ਵੀ ਕੇਂਦਰ ਦੇ ਵਿਚਕਾਰ ਜੋ ਹੈ ਇਹ ਮਸਲਾ ਚੁੱਕਿਆ ਸੀ, ਅੱਜ ਮੈਂ ਵੀ ਚੁੱਕਿਆ ਹੈਗਾ, ਤਾਂ ਸਭ ਤੋਂ ਵੱਡੀ ਗੱਲ ਹੈ ਕਿ ਹੇਟ ਸਪੀਚ ਬੋਲਣ ਵਾਲਿਆਂ ਦੇ ਉੱਤੇ ਕਾਰਵਾਈ ਜੋ ਹੈ ਹੋਣੀ ਚਾਹੀਦੀ। ਕੈਮਰਾਮੈਨ ਗਣੇਸ਼ ਦੇ ਨਾਲ ਨੀਰੂ ਬਿਜਰਵਾਨ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।